सूरा सो पहचानिए जो लरे दीन के हेत पुरजा पुरजा कट मरे कबहू ना छाडे खेत टूटी गंडन हार गोपाल सर्व जिया आपे प्रतपाल सगल की चिंता जिस मन माहे तिस्ते बिरथा कोई नाहे रे मन मेरे सदा हर जाप अवनासी प्रभ आपे आप आपन किया कछु न होए जे सो प्राणी लोचै कोए तिस बिन नाही तेरे किछ काम गत नानक जप एक हर नाम। परम सत्कार योग सतगुरां दी साजी निवाजी गुरु सवारी साध संगत जी आप बड़भागे हो जो संगत विच बैठ के जो साका मुक्तसर उन्हां महान शहीदां नूं याद कर रहे हो। सो आओ विचारां दी आरंभता तो पहला गुरफते नाल सांझ पाईए जी। वाहिगुरु जी का खालसा वाहिगुरु जी की फतेह। धन गुरु गोबिंद सिंह सच्चे पिता महाराज जदों चमकौर दी गढ़ी दे विच्चों भाई दया सिंह धर्म सिंह ते मान सिंह दे नाल उत्थों चल के माछीवाड़े पहुँचते ने उच्चे पीर दे रूप दे विच गुरु साहब सच्चे पिता महाराज इधर रायकोट लम्मे जटपुरे दे इलाके विच उत्थे महाराज आउंदे ने। उत्थे राय कल्ले नूं आख के एक व्यक्ति जिहदा नाम नूरा माही है उहनूं सरहंद भेजदे ने कि साहिबजादियां दी ते माता गुजर कौर जी दी खबर सार लियांदी जावे। ते जदों गुरु साहिब जी नूं नूरे माही ने आ के दस्या कि माता गुजर कौर जी अते आप जी दे साहिबजादे साहिबजादा बाबा जोरावर सिंह जी साहिबजादा बाबा फतेह सिंह जी उन्हां नूं शहीद कर दिता तां गुरु साहिब सच्चे पिता महाराज जी ने एक तीर दी नोक दे नाल काई दा बूटा पुटिया ते फरमाया कि हुण समझो तुरकां दी जड़ पुट्टी गई कि जो लोग शीरखोर बच्चियां अते बहुत बजुर्ग माता उत्ते जुल्म करदे हुण उह पलां किवें बच सकदे ने। जदों इह वचन कीता लम्मे जटपुरे दी धरती ते राय कल्ला वी उत्थे कोल है उह महाराज जी नूं कहिंदा है कि महाराज जी हाँ तां मैं भी तुरक पर तुहाडा सेवक हाँ मेरे ते रहमत रखियो। तां गुरु जी ने राय कल्ले नूं कहा कि राय तू सानू प्रेम कीता तैनूं असीं रख लिया है। ते गुरु साहिब जी ने उत्थे एक किरपान ते गंगा सागर ਇਹ ਰਾਏ ਕੱਲੇ ਨੂੰ ਬਖਸ਼ਿਸ਼ ਕੀਤੇ। ਅਤੇ ਅੱਜ ਕੱਲ੍ਹ ਜੋ ਰਾਏ ਅਜੀਜ਼ ਉੱਲਾ ਖਾਂ ਇਹ ਰਾਏ ਕੱਲੇ ਦੇ ਖਾਨਦਾਨ ਵਿੱਚੋਂ ਨੇ ਅਤੇ ਗੰਗਾ ਸਾਗਰ ਵੀ ਉਹਨਾਂ ਨੇ ਆਪਣੇ ਕੋਲ ਸੰਭਾਲਿਆ ਹੋਇਆ। ਲੰਮੇ ਜੱਟਪੁਰੇ ਗੁਰੂ ਸਾਹਿਬ ਜੀ ਕਰੀਬਨ 20-21 ਦਿਨ ਰਹੇ ਨੇ ਕਿਉਂਕਿ ਕਰੀਬਨ ਹਫ਼ਤਾ ਕੁ ਤਾਂ
ਨੂਰੇ ਮਾਹੀ ਨੂੰ ਵੀ ਲੱਗ ਗਿਆ ਹੋਵੇਗਾ ਸਰਹੰਦ ਜਾ ਕੇ ਖਬਰ ਲਿਆਉਣ ਦੇ ਵਿੱਚ। ਅਤੇ ਇੱਥੇ ਸਤਿਗੁਰੂ ਮਹਾਰਾਜ ਇਹਨਾਂ ਦਿਨਾਂ ਵਿੱਚ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਵਿਚਰਦੇ ਰਹੇ। ਫਿਰ ਲੰਮੇ ਜੱਟਪੁਰੇ ਤੋਂ ਚੱਕਰ ਪਿੰਡ ਹੁੰਦਿਆਂ ਗੁਰੂ ਜੀ ਤਖਤੂਪੁਰੇ ਪਹੁੰਚਦੇ ਨੇ। ਇਹ ਜਿਹੜਾ ਤਖਤੂਪੁਰਾ ਪਿੰਡ ਹੈ, ਇਹ ਭਾਈ ਜੱਕੋ ਨਾਮ ਦੇ ਵਿਅਕਤੀ ਨੇ ਆਪਣੇ ਬਾਪ ਤਖਤੂ ਦੇ ਨਾਮ ਉੱਤੇ ਵਸਾਇਆ ਸੀ। ਇਸ ਤਖਤੂਪੁਰੇ ਪਿੰਡ ਵਿੱਚ ਪਹਿਲਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੀ ਚਰਨ ਪਏ ਹੋਏ ਨੇ ਅਤੇ ਤਿੰਨ ਪਾਤਸ਼ਾਹੀਆਂ ਦੇ ਚਰਨ ਇਸ ਪਵਿੱਤਰ ਧਰਤੀ 'ਤੇ ਪੈਣ ਕਰਕੇ ਇਹਨੂੰ ਤਰਵੈਣੀ ਵੀ ਕਹਿ ਦਿੱਤਾ ਜਾਂਦਾ ਹੈ। ਇੱਥੋਂ ਹੀ ਭਾਈ ਦੇਸਾ ਜਿਹੜਾ ਦੀਨੇ ਪਿੰਡ ਤੋਂ ਚੱਲ ਕੇ ਆਇਆ ਸੀ, ਬੈਲ ਗੱਡੀ ਲੈ ਕੇ ਆਇਆ ਆਪਣੇ ਭਰਾ ਦੇ ਨਾਲ, ਦੀਨੇ ਕਾਂਗੜ ਤੋਂ ਬੈਲ ਗੱਡੀ ਲੈ ਕੇ ਇੱਥੇ ਤਖਤੂਪੁਰੇ ਪਹੁੰਚਿਆ। ਜਦੋਂ ਉਹਨੂੰ ਪਤਾ ਲੱਗਾ ਵੀ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਤਖਤੂਪੁਰੇ ਬਿਰਾਜੇ ਨੇ, ਤਾਂ ਇੱਥੋਂ ਫਿਰ ਗੁਰੂ ਸਾਹਿਬ ਮਹਾਰਾਜ ਜੀ ਵਿਦਾਇਗੀ ਲੈ ਕੇ ਉਸ ਬੈਲ ਗੱਡੀ 'ਚ ਬੈਠ ਕੇ ਮਹਾਰਾਜ ਮਧੇ ਪਿੰਡ ਆਉਂਦੇ ਨੇ। ਮਧੇ ਪਿੰਡ ਵਿੱਚ ਗੁਰੂ ਸਾਹਿਬ ਜੀ ਇੱਕ ਬੇਰੀ ਦੇ ਰੁੱਖ ਹੇਠਾਂ ਉਤਾਰਾ ਕਰਦੇ ਨੇ ਅਤੇ ਇੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਗੁਰੂ ਜੀ ਦੇ ਹੱਥ ਦਾ ਜਿਹੜਾ ਅੰਗੂਠਾ ਨਾ ਉਹ ਪੱਕਿਆ ਹੋਇਆ ਸੀ, ਉਹਦੇ ਵਿੱਚ ਪਾਕ ਪਈ ਹੋਈ ਸੀ ਅਤੇ ਬਹੁਤ ਪੁਰਾਣੀ ਜਿਹੜੀ ਇੱਕ ਪੱਟੀ ਬੰਨ੍ਹੀ ਹੋਈ ਸੀ ਅਤੇ ਉਹ ਪੱਟੀ ਜਿਹੜੀ ਹੈ ਕਈ ਦਿਨਾਂ ਤੋਂ ਲਪੇਟੀ ਹੋਣ ਕਰਕੇ ਉਹਨਾਂ ਜ਼ਖਮ ਦੇ ਨਾਲ ਐਂ ਚਿੰਬੜੀ ਪਈ ਸੀ ਬਿਲਕੁਲ। ਅਤੇ ਉੱਥੇ ਮਧੇ ਪਿੰਡ ਦੇ ਵਿੱਚ ਇੱਕ ਉਮਰੇ ਨਾਮੀ ਲੁਹਾਰ ਨੇ ਮਹਾਰਾਜ ਜੀ ਦਾ ਅੰਗੂਠਾ ਆਪਣੇ ਮੂੰਹ 'ਚ ਪਾ ਕੇ ਨਾ ਭਾਫ਼ ਦਿੱਤੀ ਅਤੇ ਭਾਫ਼ ਦੇ ਦੇ ਕੇ ਪੱਟੀ ਨੂੰ ਨਰਮ ਕਰਕੇ ਉਹਨੇ ਉਹ ਪੱਟੀ ਖੋਲ੍ਹੀ ਅਤੇ ਮਹਾਰਾਜ ਜੀ ਦੇ ਉਸ ਜ਼ਖਮ ਉੱਤੇ ਮੱਲਮ ਪੱਟੀ ਕੀਤੀ। ਦੁਬਾਰਾ ਉੱਥੇ ਗੁਰਦੁਆਰਾ ਪਾਕਾ ਸਾਹਿਬ ਸੁਭਾਏਮਾਨ ਹੈ, ਬਹੁਤ ਸੁੰਦਰ ਸਥਾਨ ਬਣਿਆ ਹੋਇਆ। ਇੱਥੋਂ ਫਿਰ ਗੁਰੂ ਸਾਹਿਬ ਮਹਾਰਾਜ ਦੀਨੇ ਪਿੰਡ ਪਹੁੰਚਦੇ ਨੇ। ਰਾਏ ਜੋਧ ਦੇ ਪੋਤਰੇ ਲਖਮੀਰ ਸ਼ਮੀਰ ਤਖਤਮੱਲ ਇਹ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਗੁਰੂ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਦੇਖੋ ਅਸੀਂ ਮੁਗਲਾਂ ਦੇ ਨਾਲ ਜੰਗ ਲੜ ਰਹੇ ਹਾਂ ਅਤੇ ਤੁਸੀਂ ਮੁਗਲਾਂ ਦੀ ਰਈਅਤ ਹੋ ਅਤੇ ਜੇ ਤੁਸੀਂ ਸਾਡੀ ਸੇਵਾ ਕਰੋਗੇ ਅਤੇ ਤੁਹਾਡੇ 'ਤੇ ਉਹ ਮੁਗਲ ਗੁੱਸੇ ਨਾ ਹੋਣ, ਤੁਹਾਡਾ ਕੋਈ ਨੁਕਸਾਨ ਨਾ ਹੋਵੇ, ਸਾਨੂੰ ਇਸ ਪਿੰਡ ਵਿੱਚ ਰੱਖਣ ਤੋਂ ਪਹਿਲਾਂ ਇਹ ਸੋਚ ਲਿਓ। ਤਾਂ ਇਹ ਤਿੰਨਾਂ ਭਰਾਵਾਂ ਨੇ ਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹਵਾਲਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ, ਕਿਉਂਕਿ ਇਹਨਾਂ ਦਾ ਜਿਹੜਾ ਦਾਦਾ ਸੀ ਰਾਏ ਜੋਧ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੇਵਾ 'ਚ ਹਾਜ਼ਰ ਰਿਹਾ ਅਤੇ ਇਹ ਕਹਿੰਦੇ ਨੇ ਸਤਿਗੁਰੂ ਜੀ ਸਾਡੇ ਦਾਦੇ ਨੇ ਤੁਹਾਡੇ ਦਾਦੇ ਦੀ ਸੇਵਾ ਕੀਤੀ, ਅਸੀਂ ਵੀ ਪਿੱਛੇ ਨਹੀਂ ਹਟਾਂਗੇ ਭਾਵੇਂ ਸਾਨੂੰ ਮੁਗਲਾਂ ਦੇ ਨਾਲ ਮੱਥਾ ਲਾਉਣਾ ਪਵੇ। ਇੱਕ ਬੜੇ ਵਿਦਵਾਨ ਸੱਜਣ ਹੋਏ ਨੇ ਕਰਤਾਰ ਸਿੰਘ ਕਲਾਸ ਵਾਲੀਏ, ਉਹਨਾਂ ਦਾ ਇੱਕ ਲਿਖਿਆ ਹੋਇਆ ਗ੍ਰੰਥ ਹੈ ਦਸਮੇਸ਼ ਪ੍ਰਕਾਸ਼, ਉਹਦੇ ਵਿੱਚ ਇਹ ਬੋਲ ਦਰਜ ਨੇ ਕਿ ਇਹਨਾਂ ਤਿੰਨਾਂ ਨੇ ਤਖਤਮੱਲ ਨੇ ਲਖਮੀਰ ਅਤੇ ਸ਼ਮੀਰ ਇਹ ਕਹਿੰਦੇ ਨੇ ਰਾਏ ਜੋਧ ਦੇ ਪੋਤਰੇ ਹਾਂ ਅਸੀਂ, ਤੁਰਕ ਹਾਕਮਾਂ ਤੋਂ ਨਹੀਂ ਡਰਾਂਗੇ ਜੀ, ਰਾਏ ਜੋਧ ਦੇ ਪੋਤਰੇ ਹਾਂ ਅਸੀਂ ਤੁਰਕ ਹਾਕਮਾਂ ਤੋਂ ਨਹੀਂ ਡਰਾਂਗੇ ਜੀ, ਦਾਦਾ ਆਪਣੇ ਦੀ ਤਰ੍ਹਾਂ ਜਿੰਨੀ ਪੁੱਜੇ ਸੇਵਾ ਕਰਾਂਗੇ, ਖੌਫ ਨਹੀਂ ਧਰਾਂਗੇ ਜੀ। ਅਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਇਹਨਾਂ ਦੀ ਇਹ ਭਾਵਨਾ ਵੇਖ ਕੇ ਬੜੇ ਪ੍ਰਸੰਨ ਹੋਏ ਅਤੇ ਗੁਰੂ ਜੀ ਨੇ ਇਸ ਨਗਰ ਦੇ ਵਿੱਚ ਰੁਕਣ ਦਾ ਆਪਣਾ ਮਨ ਬਣਾਇਆ।
ਤੇ ਗੁਰੂ ਮਹਾਰਾਜ ਜੀ ਨੂੰ ਭਾਈ ਦੇਸਾ ਸਿੰਘ ਦਾ ਇੱਕ ਚੁਬਾਰਾ ਸੀ, ਇਹ ਇੱਕ ਤਰਖਾਣ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸਨ ਭਾਈ ਦੇਸਾ ਸਿੰਘ ਜੀ। ਇਹੀ ਆਪਣੇ ਭਰਾ ਹਰਦਿੱਤ ਸਿੰਘ ਜੀ ਦੇ ਨਾਲ ਮਹਾਰਾਜ ਨੂੰ ਤਖਤੂਪੁਰੇ ਤੋਂ ਇੱਥੇ ਲੈ ਕੇ ਆਏ ਨੇ। ਅਤੇ ਉਸ ਭਾਈ ਦੇਸਾ ਸਿੰਘ ਦੇ ਚੁਬਾਰੇ 'ਚ ਮਹਾਰਾਜ ਜੀ ਨੇ ਆਪਣਾ ਟਿਕਾਣਾ ਕੀਤਾ। ਅਤੇ ਇਹ ਰਾਏਜੋਧ ਦੇ ਪੋਤਰੇ ਲਖਮੀਰ, ਸ਼ਮੀਰ ਅਤੇ ਤਖ਼ਤ ਮੱਲ, ਇਹਨਾਂ ਨੇ ਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ। ਦਿਨ ਵੇਲੇ ਗੁਰੂ ਜੀ ਕੁਝ ਸਮਾਂ ਇੱਥੋਂ ਥੋੜ੍ਹੀ ਦੂਰ ਇੱਕ ਸਥਾਨ 'ਤੇ ਮਹਾਰਾਜ ਜਾਇਆ ਕਰਦੇ ਸੀ, ਉੱਥੇ ਦਿਨ ਬਿਤਾਉਂਦੇ ਸੀ, ਜਿੱਥੇ ਅੱਜ ਕੱਲ੍ਹ ਦਿਆਲਪੁਰਾ ਭਾਈਕਾ ਪਿੰਡ ਵਸਿਆ ਹੋਇਆ। ਅਤੇ ਜਿੱਥੇ ਮਹਾਰਾਜ ਜੀ ਉੱਥੇ ਨਿਵਾਜਦੇ ਸਨ, ਅਤੇ ਉੱਥੇ ਗੁਰਦੁਆਰਾ ਜ਼ਫਰਨਾਮਾ ਸਾਹਿਬ ਸੁਭਾਏਮਾਨ ਹੈ। ਇਹ ਜਿਹੜਾ ਦਿਆਲਪੁਰਾ ਭਾਈਕਾ ਪਿੰਡ ਹੈ ਨਾ, ਇਹ ਭਾਈ ਰੂਪ ਚੰਦ ਦੇ ਪੋਤਰੇ ਦਿਆਲ ਸਿੰਘ ਨੇ 1714 ਈਸਵੀ ਵਿੱਚ ਵਸਾਇਆ ਸੀ। ਅਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਉੱਥੇ ਦਿਆਲਪੁਰੇ ਭਾਈ ਕੇ ਰਹਿ ਕੇ ਗੁਰੂ ਸਾਹਿਬ ਮਹਾਰਾਜ ਜੀ ਨੇ ਜ਼ਫਰਨਾਮਾ ਲਿਖਿਆ। ਇਤਿਹਾਸ ਦੇ ਵਿੱਚ ਇਹ ਗੱਲ ਪੜ੍ਹਨ ਨੂੰ ਮਿਲਦੀ ਹੈ ਕਿ ਮਹਾਰਾਜ ਜੀ ਨੇ ਜ਼ਫਰਨਾਮੇ ਦੇ ਕੁਝ ਸ਼ੇਅਰ ਉੱਥੇ ਦਿਆਲਪੁਰੇ ਭਾਈ ਕੇ ਉਸ ਧਰਤੀ 'ਤੇ ਲਿਖੇ, ਅਤੇ ਕੁਝ ਇੱਥੇ ਮਹਾਰਾਜ ਜੀ ਨੇ ਦੀਨੇ ਰਹਿ ਕੇ, ਅਤੇ ਇੱਥੋਂ ਹੀ ਫਿਰ ਮਹਾਰਾਜ ਜੀ ਨੇ ਇਹ ਜ਼ਫਰਨਾਮਾ ਔਰੰਗਜ਼ੇਬ ਦੇ ਵੱਲ ਭੇਜਿਆ ਸੀ। ਅਤੇ ਦੀਨੇ ਰਹਿ ਕੇ ਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੀ ਫੌਜ ਵੀ ਜਿਹੜੀ ਹੈ ਭਰਤੀ ਕੀਤੀ, ਨਵੇਂ ਜਵਾਨ ਮਹਾਰਾਜ ਜੀ ਨੇ ਆਪਣੇ ਕੋਲ ਰੱਖੇ, ਕਿਉਂਕਿ ਮਹਾਰਾਜ ਜੀ ਨੂੰ ਪਤਾ ਸੀ ਕਿ ਉੱਧਰ ਇਹ ਸਰਹੰਦ ਦਾ ਜਿਹੜਾ ਸੂਬਾ ਹੈ ਵਜ਼ੀਰ ਖਾਂ, ਉਹ ਨੂਰੇ ਮਾਹੀ ਤੋਂ ਵੀ ਪਤਾ ਲੱਗਿਆ ਸੀ ਵੀ ਉਹ ਫੌਜਾਂ ਤਿਆਰੀ ਕਰ ਰਹੀਆਂ ਨੇ ਵੀ ਗੁਰੂ ਸਾਹਿਬ ਜੀ ਨੂੰ ਉਹ ਹੁਣ ਪਿੱਛਾ ਕਰਨਗੀਆਂ। ਇਸ ਕਰਕੇ ਮਹਾਰਾਜ ਜੀ ਨੇ ਆਪਣੀ ਲੰਮੀ ਦ੍ਰਿਸ਼ਟੀ, ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦਿਆਂ ਇੱਥੇ ਮਹਾਰਾਜ ਜੀ ਨੇ ਆਪਣੀ ਫੌਜ ਭਰਤੀ ਕਰਨੀ ਆਰੰਭ ਕਰ ਦਿੱਤੀ। ਜਦੋਂ ਮਹਾਰਾਜ ਦੀਨੇ ਤੋਂ ਵਿਦਾਇਗੀ ਲੈ ਕੇ ਮਾਲਵੇ ਦੇ ਹੋਰ ਬਹੁਤ ਸਾਰੇ ਪਿੰਡਾਂ ਵਿੱਚ ਵਿਚਰਦੇ ਨੇ, ਆਪਣੀ ਫੌਜ ਤਿਆਰ ਕਰਦੇ ਨੇ, ਅਤੇ ਮਹਾਰਾਜ ਸੱਚੇ ਪਿਤਾ ਜੀ ਦੇ ਨਾਲ ਜੋ ਕੁਝ ਇਹਨਾਂ ਦਿਨਾਂ ਵਿੱਚ ਪਿੱਛੇ ਬੀਤਿਆ, ਜੋ ਇਹ ਭਾਣੇ ਵਾਪਰੇ ਨੇ, ਜੋ ਵੀ ਸੁਣਦਾ ਸੀ ਉਹਦੀ ਰੂਹ ਕੰਬ ਉੱਠਦੀ ਸੀ, ਅਤੇ ਉਹ ਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ ਹੋ ਤੁਰਦਾ ਸੀ। ਅਤੇ ਇਸ ਤਰ੍ਹਾਂ ਜਦੋਂ ਮਹਾਰਾਜ ਬਹਿਬਲ ਕਲਾਂ ਪਿੰਡ ਵਿੱਚ ਪਹੁੰਚਦੇ ਨੇ ਨਾ, ਅਤੇ ਗੁਰੂ ਸਾਹਿਬ ਮਹਾਰਾਜ ਦੇ ਨਾਲ ਉੱਥੇ ਕਾਫੀ ਉਹਨਾਂ ਦੇ ਸਾਥੀ ਸਿੰਘ ਨਾਲ ਰਲ ਜਾਂਦੇ ਨੇ, ਕਾਫੀ ਗਿਣਤੀ ਹੋ ਜਾਂਦੀ ਹੈ। ਅਤੇ ਉੱਥੇ ਜਦੋਂ ਇੱਕ ਰਾਤ ਦੇ ਸਮੇਂ ਲੰਗਰ ਤਿਆਰ ਹੋਣਾ ਸੀ, ਅਤੇ ਵਿਚਾਰ ਬਣੀ ਕਿ ਕੁਝ ਕੁ ਸਿੰਘ ਨਗਰ ਦੇ ਵਿੱਚ ਹਰੇਕ ਘਰੇ ਕਿਸੇ ਘਰ 5-7 ਜਿਵੇਂ ਜਿਵੇਂ ਕਿਸੇ ਦੀ ਸਮਰੱਥਾ ਹੈ ਵੀ ਭੋਜਨ ਛਕਣ ਵਾਸਤੇ ਵੱਖੋ ਵੱਖਰੇ ਘਰਾਂ ਵਿੱਚ ਸਿੰਘ ਚਲੇ ਜਾਣਗੇ, ਅਤੇ ਪਿੰਡ ਦੇ ਜਿਹੜੇ ਨਿਵਾਸੀ ਸੀ ਲੋਕ ਉਹ ਆਪਣੀ ਸਮਰੱਥਾ ਮੁਤਾਬਕ ਸਿੰਘਾਂ ਨੂੰ ਆਪਣੇ ਘਰ ਲੈ ਗਏ, ਪ੍ਰਸ਼ਾਦਾ ਪਾਣੀ ਛਕਾ ਕੇ ਰਾਤ ਦਾ ਵਿਸਰਾਮ ਉਹਨਾਂ ਦਾ ਪ੍ਰਬੰਧ ਕੀਤਾ। ਇੱਥੇ ਇੱਕ ਬੜੀ ਪਿਆਰੀ ਘਟਨਾ ਵਾਪਰਦੀ ਹੈ। ਇੱਕ ਸਰੀਕ ਨੇ ਭਾਈ ਮਲਾਗਰ ਸਿੰਘ ਨੂੰ, ਇੱਕ ਬਹੁਤ ਹੀ ਗਰੀਬ ਭਾਈ ਗੰਗਾ ਸਿੰਘ ਛੀਪੇ ਦੇ ਘਰੇ ਭੇਜ ਦਿੱਤਾ। ਉਹ ਜਿਹੜਾ ਭਾਈ ਗੰਗਾ ਸਿੰਘ ਸੀ ਉਹ ਬਹੁਤ ਹੀ ਗੁਰਬਤ ਭਰਿਆ ਜੀਵਨ ਬਤੀਤ ਕਰ ਰਿਹਾ ਸੀ, ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ, ਅਤੇ ਜਾਣ ਬੁੱਝ ਕੇ ਉਹਨੂੰ ਪਰੇਸ਼ਾਨ ਕਰਨ ਦੇ ਮਾਰਿਆਂ ਭਾਈ ਮਲਾਗਰ ਸਿੰਘ ਨੂੰ ਉਹਦੇ ਘਰੇ ਭੇਜ ਦਿੱਤਾ ਵੀ ਭਾਈ ਮਲਾਗਰ ਸਿੰਘ ਨੂੰ ਪ੍ਰਸ਼ਾਦੇ ਪਾਣੀ ਦੀ ਸੇਵਾ ਇਹ ਸਿੰਘ ਕਰੇਗਾ। ਅਤੇ ਉਹ ਭਾਈ ਗੰਗਾ ਸਿੰਘ ਖੇਸੀ ਦੀ ਬੁੱਕਲ ਮਾਰੀ ਹੈ, ਅਤੇ ਭਾਈ ਮਲਾਗਰ ਸਿੰਘ ਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ। ਇਹਨੇ ਉਹ ਟੁੱਟੀ ਫੁੱਟੀ ਜਿਹੜੀ ਇੱਕ ਵਾਣ ਦਾ ਮੰਜਾ ਸੀ ਉਹ ਡਾਇਆ, ਅਤੇ ਉੱਤੇ ਉਹਨੇ ਆਪਣੇ ਉਹੀ ਜਿਹੜਾ ਖੇਸ ਲਿਆ ਸੀ ਉਹਨੂੰ ਵਿਛਾ ਕੇ, ਅਤੇ ਭਾਈ ਮਲਾਗਰ ਸਿੰਘ ਨੂੰ ਬੜੇ ਆਦਰ ਨਾਲ ਬਿਠਾਇਆ, ਗਰਮ ਪਾਣੀ ਦੇ ਨਾਲ ਪੈਰ ਧਵਾਏ, ਅਤੇ ਘਰੇ ਕੁਝ ਆਟਾ ਦਾਲ ਤਾਂ ਹੈ ਨਹੀਂ ਸੀ, ਸੁੱਕੇ ਹੋਏ ਪੀਲੂ ਹੀ
गर्म पानी च कुछ कोसे करके ना वह नरम जे हो गए तो वह सुके पीलू ही भाई मलागर सिंह दे अगे परोस दिते। तो भाई मलागर सिंह भी बड़ा भै भावनी वाला सिख सी क्योंकि जीवन साध्या होया सी। ते उन्हें भी वो सुके पीलू खा के अकाल पुरख का शुक्र किया। ते अगले दिन गुरु महाराज पुछते ने कि भाई की प्रशादा पानी छकिया, किसने की छकिया। सब ने दसिया जी फलाने ने मैनू आ भोजन छकाया, फलाने ने आ मैनू भोजन छकाया। तो जदों भाई मलागर सिंह नू पुछया भी तुसी की छकिया, कहिंदा महाराज जी मैं बहुत ही उमदा प्रसाद छकिया। महाराज तुहाडे नाल रहिंदिआं बड़े बड़े बादशाहां दे महलां विच वी भोजन पाणी खाधा, पर जिहड़ा पदार्थ ये भाई गंगा सिंह ने छकाया ना, बहुत ही मैनू आनंद आया, मैं तो प्रसन्न हो गया। तां सिख जिहड़े बैठे सी ते वो जिन्हें भेजिया सी वह भी विच बैठा भी इन्हें इहो जिहा की छकाता, इहदे घरे ते आटा तक नहीं है। ते गुरु महाराज जी ने भी पुछया, कहिंदे भाई गंगा सिंह तू की छका दिता ऐसा भाई मलागर सिंह नू। तां भाई गंगा सिंह छिपे ने हाथ जोड़ के कहिंदा महाराज जी मैं भला की छका सकदा, सुके पीलू पए सी करे उही गर्म पानी च उबाल के दे दिते। ते गुरु गोबिंद सिंह सच्चे पिता महाराज जी ने उत्थे वचन कीते सी कि भाई धन सिख ते धन इन्हां दी सिखी। महाराज ने उत्थे वचन दोहराए सी कि सती दे संतोखी खाए तिस सिख के गुर बल बल जाए, कि जदों खवाउण वाला दानी सुभाव परोपकारी बिरती वाला होवे ते छकण वाला संतोखी होवे ते उत्थे रंग ही कुछ होर बनदा है। ते गुरु साहब सच्चे पिता महाराज इत्थों फिर बैबल कलां तो जदों कोट कपूरे पहुँचते ने, क्योंकि उत्थे एक कपूरा नाम दा व्यक्ति रहिंदा है जिहड़ा बहुत धनाढ़ व्यक्ति है, बहुत सारे पिंडां दा मालक सी, उन्हें इत्थे एक किला भी बनाया होया सी। ते गुरु साहब महाराज जी ने कपूरे नूं कहा कि भाई ये किला तू सानू दे दे, सरहंद वालों आ रही फौज का असी इस किले च रुक के टाकरा करांगे। तो एक कपूरा डर गया कि जे मैं गुरु साहब जी नूं पनाह दे दित्ती तो जिहड़े वो मुगल है वह मैनू मार देणगे, एक घबरा गया डर गया, इन्हें मना कर दिता गुरु साहब महाराज जी नूं। तो गुरु साहब महाराज उत्थों नेड़े ही कोटकपुरे तो एक नगर है ढिलवां कलां, उत्थे सोढ़ी कौल गुरु रामदास महाराज जी की अंश वंश विचों, पृथ्वी चंद जी अंश वंश विचों, वह उत्थे रहिंदा सी सोढ़ी कौल। तो गुरु गोबिंद सिंह महाराज उत्थे पहुँचे। हुण तक जिहड़ा महाराज जी ने अपना पहरावा सी ना वह नीला बाणा ही पहनिया होया सी उच्चे पीर वाला। इत्थे महाराज जी नूं सोढ़ी कौल ने एक बहुत ही सोहनी चिट्टे रंग की पोशाक भेट की, बेनती की महाराज ये बाणा तुसी ला के ये पोशाक पहन लो। तो महाराज ने इत्थे अपना बाणा बदलिया सी। तो इत्थे रह के गुरु साहब महाराज जी ने अमृत संचार भी किया। इस स्थान पर बहुत सोहना गुरद्वारा गोदावरी सर सुभायमान है। तो सोढ़ी कौल के पोतरे अभय राम ने भी अमृत छकिया, तो अभय सिंह उदा नाम रख्या गया। तो कपूरा भी मन विच उदास सी, वह गुरु साहब का श्रद्धालु भी सी पर अंदरों डरदा भी सी, वह मुगलों के नाल कोई मथा नहीं लाना चाहता। तो वह भी इत्थे हाजिर होया, अपनी खिमा भी मंगी महाराज के कोलों, तो अपने पुत्रां दे समेत कपूरे ने भी अमृत छकिया। तो फिर महाराज जी ने कपूरे नूं कहा भाई सानू कोई होर थां दस। उन्हें दस्या भी महाराज एक खिदराणे की ढाब है, ये जिहड़ा ना ये तीन भरा सी खिदराणा, तिंगाणा ते रूपाणा।
ਤੇ ਖਿਦਰਾਣੇ ਦੀ ਢਾਬ ਦਾ ਭਾਵ ਇਹ ਥਾਂ ਉਸ ਭਾਈ ਖਿਦਰਾਣੇ ਦੀ ਸੀ। ਤੇ ਮਹਾਰਾਜ ਜੀ ਕਹਿੰਦੇ ਭਾਈ ਫਿਰ ਸਾਨੂੰ ਕੋਈ ਬੰਦਾ ਭੇਜ ਜਿਹੜਾ ਸਾਨੂੰ ਰਾਹ ਦੱਸੇ। ਤਾਂ ਕਪੂਰੇ ਨੇ ਖਾਨੇ ਬਰਾੜ ਨੂੰ ਗੁਰੂ ਜੀ ਦੇ ਨਾਲ ਭੇਜ ਦਿੱਤਾ ਕਿ ਗੁਰੂ ਸਾਹਿਬ ਜੀ ਨੂੰ ਖਿਦਰਾਣੇ ਦੀ ਢਾਬ ਵਾਲਾ ਸਾਰਾ ਉਹ ਰਸਤਾ ਜਿਹੜਾ ਵਿਖਾਇਆ ਜਾਵੇ। ਤੇ ਉੱਧਰ ਇਹਨਾਂ ਦਿਨਾਂ ਦੇ ਵਿੱਚ ਹੀ ਮਾਝੇ ਦੇ ਇਲਾਕੇ ਵਿੱਚ ਮਾਤਾ ਭਾਗ ਕੌਰ ਜੀ, ਜਿਨ੍ਹਾਂ ਨੂੰ ਅਸੀਂ ਮਾਤਾ ਭਾਗੋ ਜੀ ਆਖਦੇ ਹਾਂ, ਮਾਤਾ ਭਾਗੋ ਜੀ ਦੇ ਸਹੁਰਾ ਸਾਹਿਬ ਭਾਈ ਦੇਸ ਰਾਜ ਵੜੈਚ, ਉਹ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦਾ ਭੋਗ ਸੀ ਅੰਤਮ ਅਰਦਾਸ ਵਾਲੇ ਦਿਨ। ਪੱਟੀ ਦੇ ਵਿੱਚ ਬਹੁਤ ਸਾਰੇ ਸਿੱਖਾਂ ਦਾ ਇਕੱਠ ਜੁੜਿਆ। ਉਸ ਇਕੱਠ ਦੇ ਵਿੱਚ ਸਾਰੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਗੱਲਾਂ ਕਰਨ ਲੱਗ ਪਏ ਕਿ ਗੁਰੂ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ, ਉਹਨਾਂ ਦੇ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਹੋਰ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਨੇ। ਅਤੇ ਉਹ ਮਨ ਵਿੱਚ ਇੱਕ ਉਹਨਾਂ ਦੇ ਇਹ ਵੀ ਨਮੋਸ਼ੀ ਸੀ ਕਿ ਪਹਿਲਾਂ ਜਦੋਂ ਦੁਨੀ ਚੰਦ ਭੱਜ ਆਇਆ ਸੀ ਗੁਰੂ ਸਾਹਿਬ ਮਹਾਰਾਜ ਦੇ ਕੋਲੋਂ, ਅਤੇ ਇਹ ਕਹਿਣ ਲੱਗੇ ਵੀ ਆਪਾਂ ਨਾ ਇਕੱਠੇ ਹੋ ਕੇ ਗੁਰੂ ਮਹਾਰਾਜ ਜੀ ਦੇ ਕੋਲ ਚੱਲੀਏ, ਨਾਲੇ ਤਾਂ ਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ ਜਾ ਕੇ ਅਫਸੋਸ ਕਰੀਏ, ਮਿਲ ਕੇ ਆਈਏ, ਦਰਸ਼ਨ ਕਰਕੇ ਆਈਏ। ਤਾਂ ਉੱਥੋਂ ਫਿਰ ਇਹ ਸਾਰੇ ਮਾਝੇ ਦਾ ਜਿਹੜਾ ਇੱਕ ਸਿੰਘਾਂ ਦਾ ਜਥਾ ਉੱਥੋਂ ਤੁਰਿਆ। ਉਸ ਜਥੇ ਦੇ ਵਿੱਚ ਝਬਾਲ ਦੇ ਰਹਿਣ ਵਾਲੇ ਭਾਈ ਭਾਗ ਸਿੰਘ, ਭਾਈ ਦਿਲਬਾਗ ਸਿੰਘ, ਇਹ ਦੋਵੇਂ ਮਾਤਾ ਭਾਗੋ ਜੀ ਦੇ ਸਕੇ ਭਰਾ ਨੇ, ਅਤੇ ਇਹਨਾਂ ਦੇ ਨਾਲ ਭਾਈ ਘਰਵਾਰਾ ਸਿੰਘ, ਭਾਈ ਦਰਬਾਰਾ ਸਿੰਘ, ਭਾਈ ਗੰਡਾ ਸਿੰਘ ਇਹ ਵੀ ਸ਼ਾਮਲ ਨੇ, ਭਾਈ ਰਾਏ ਸਿੰਘ, ਭਾਈ ਮਹਾਂ ਸਿੰਘ, ਹੋਰ ਬਹੁਤ ਸਾਰੇ ਸਿੱਖ ਨਾਲ ਜਾਣ ਵਾਸਤੇ ਤਿਆਰ ਹੋ ਗਏ। ਇਹਨਾਂ ਸਾਰਿਆਂ ਦੇ ਤਿਆਰ ਹੋਣ ਦੇ ਪਿੱਛੇ ਮਾਤਾ ਭਾਗੋ ਦੀ ਪ੍ਰੇਰਣਾ ਕੰਮ ਕਰ ਰਹੀ ਸੀ। ਅਤੇ ਮਾਤਾ ਭਾਗੋ ਜੀ ਮਰਦਾਨਾ ਲਿਬਾਸ ਪਹਿਨਦੇ ਸੀ ਅਤੇ ਉਹ ਘੋੜ ਸਵਾਰੀ ਸ਼ਸਤਰ ਵਿੱਦਿਆ ਦੇ ਬੜੇ ਧਨੀ ਸਨ ਅਤੇ ਬੜੇ ਵੱਡੇ ਜਿਗਰੇ ਵਾਲੇ ਅਤੇ ਬੜੀ ਉਹਨਾਂ ਦੇ ਅੰਦਰ ਦਲੇਰੀ ਸੀ। ਅਤੇ ਮਾਤਾ ਭਾਗ ਕੌਰ ਜੀ ਦਾ ਜਿਹੜਾ ਪਰਿਵਾਰ ਹੈ, ਇਹਨਾਂ ਦਾ ਸੰਬੰਧ ਸਿੱਖੀ ਦੇ ਨਾਲ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸਮੇਂ ਤੋਂ ਜੁੜਦਾ ਹੈ। ਗੁਰੂ ਅਰਜਨ ਦੇਵ ਸੱਚੇ ਪਿਤਾ ਮਹਾਰਾਜ ਜੀ ਦੇ ਸਿੱਖਾਂ ਦੀ ਸੂਚੀ ਵਿੱਚ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾਹ ਸੁਹੰਦਾ। ਇਹ ਢਿੱਲੋਂ ਜੱਟ ਚੌਧਰੀ ਭਾਈ ਲੰਗਾਹ ਜਿਹੜਾ ਇਹ 84 ਪਿੰਡਾਂ ਦਾ ਮਾਲਕ ਸੀ। ਜਦੋਂ ਗੁਰੂ ਅਰਜਨ ਦੇਵ ਜੀ ਸ਼ਹਾਦਤ ਦੇਣ ਲਾਹੌਰ ਜਾਂਦੇ ਨੇ ਤਾਂ ਇਹ ਭਾਈ ਲੰਗਾਹ ਉਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਗਿਆ ਸੀ ਅਤੇ ਵਾਪਸ ਆ ਕੇ ਇਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਸਾਰਾ ਦ੍ਰਿਸ਼ ਸੁਣਾਇਆ ਸੀ। ਅਤੇ ਇਹ ਜਿਹੜਾ ਭਾਈ ਲੰਗਾਹ ਹੈ ਨਾ, ਭਾਈ ਲੰਗਾਹ ਦਾ ਇੱਕ ਵੱਡਾ ਭਰਾ ਸੀ ਜਿਹਦਾ ਨਾਮ ਸੀ ਪੈਰੋ ਸ਼ਾਹ, ਅਤੇ ਪੈਰੋ ਸ਼ਾਹ ਦੀ ਪੋਤਰੀ ਹੈ ਮਾਤਾ ਭਾਗੋ। ਭਾਈ ਲੰਗਾਹ ਦੇ ਵੱਡੇ ਭਰਾ ਪੈਰੋ ਸ਼ਾਹ ਦੀ ਪੋਤਰੀ ਹੈ ਅਤੇ ਮਾਲੋ ਸ਼ਾਹ ਦੀ ਧੀ ਹੈ। ਅਤੇ ਮਾਤਾ ਭਾਗੋ ਜੀ ਸਾਰੇ ਮਾਝੇ ਦੇ ਸਿੰਘਾਂ ਦਾ ਜਥਾ ਲੈ ਕੇ ਜਦੋਂ ਇੱਧਰ ਨੂੰ ਆਉਂਦੇ ਨੇ, ਹਰੀਕਾ ਪੱਤਣ ਲੰਘ ਕੇ ਜੀਰੇ ਮੋਗੇ ਇਹਨਾਂ ਨਗਰਾਂ ਵਿੱਚੋਂ ਦੀ ਜਦੋਂ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਇਹ ਸੀ ਵੀ ਸਾਹਿਬ ਦੀਨੇ ਨੇ, ਅਤੇ ਇੱਥੇ ਆ ਕੇ ਪਤਾ ਲੱਗਾ ਵੀ ਗੁਰੂ ਸਾਹਿਬ ਜੀ ਤਾਂ ਅਗਾਂਹ ਇੱਧਰ ਕੋਟਕਪੂਰੇ ਨੂੰ ਚਲੇ ਗਏ ਨੇ। ਅਤੇ ਇਹ ਫਿਰ ਪਿੱਛੋਂ ਪੁੱਛਦੇ ਪਛਾਂਦੇ ਸਾਰਾ ਜਿਹੜਾ ਮਾਝੇ ਦਾ ਜਥਾ ਸੀ, ਅਤੇ ਇਹ ਜਦੋਂ ਪਿੱਛੇ ਜਾ ਰਹੇ ਨੇ ਅਤੇ ਇਹਨੇ ਨੂੰ ਗੁਰੂ ਸਾਹਿਬ ਮਹਾਰਾਜ ਮਾਲਵੇ ਦੇ ਵਿੱਚ ਇੱਕ ਨਗਰ ਪੈਂਦਾ ਰਾਮਿਆਣਾ ਰੂਪਿਆਣਾ, ਮਹਾਰਾਜ ਜੀ ਰਾਮਿਆਣੇ ਪਿੰਡ ਨੂੰ ਵੀ ਲੰਘ ਚੁੱਕੇ ਨੇ, ਨਾਲ ਹੀ ਥੋੜ੍ਹੀ ਬਹੁਤੇ ਰੂਪਿਆਣਾ ਪਿੰਡ, ਅਤੇ ਉਹ ਰੂਪਿਆਣੇ ਪਿੰਡ ਤੋਂ ਥੋੜ੍ਹੀ ਜਿਹੀ ਪਰਾਂ ਰੋਹੀ ਦੇ ਵਿੱਚ ਗੁਰੂ ਸਾਹਿਬ ਮਹਾਰਾਜ ਜੀ ਨੇ ਅਤੇ ਸਿੱਖਾਂ ਨੇ ਵੇਖਿਆ ਵੀ ਆ ਪਿੱਛੇ ਧੂੜ ਉੱਡਦੀ ਆਉਂਦੀ ਹੈ। ਉਹਨਾਂ ਸੋਚਿਆ ਵੀ ਸ਼ਾਇਦ ਕਿਤੇ ਸਰਹੰਦ ਦੀਆਂ ਫੌਜਾਂ ਹੀ ਨਾ ਪਹੁੰਚ ਗਈਆਂ ਹੋਣ, ਸਾਵਧਾਨ ਚੁਕੰਨੇ ਹੋਏ। ਪਰ ਜਦੋਂ ਥੋੜ੍ਹੀ ਜਿਹੀ ਧੂੜ
मिट्टी शांत होई ते सिखां दे चेहरे नजर आए ते महाराज रुक गए। ये माझे दे सारे सिंघां ने गुरु महाराज नूं मत्था टेकिया। पहला तां इन्हां ने बड़ा अफसोस किया, गुरु साहब जी दे नाल भाग सिंह झवालीए ने नाल दे साथियां ने, कि महाराज ये बहुत बुरा होया, बड़ा दुख है सानू। महाराज जी ने कहा बीते समय ते कदे पछताई दा नहीं, क्योंकि गुरु साहब सच्चे पिता महाराज सदा चढ़दी कला विच रहण वाले सन। ते महाराज जी दे कोल उन्हां ने गल तोरी कि देखो गुरु साहब जी, जो होना सी पिछे हो गया, जो नुकसान होना सी हो गया, साडी वड्डे वडेरियां तो ना हकूमत दे नाल सांझ है, ते तुसीं कृपा करो, साडी बेनती मन्नो, साडे नाल माझे दे इलाके विच चलो। ये तां नवां इलाका मालवे दा, सानू इधर दा कोई भेत नहीं, तुसीं साडे इलाके च आओ ते उत्थे बड़े आनंद नाल रहो, तुसीं साडे गुरु, असीं तुहाडे सिख बन के रहांगे, तुहाडी सेवा करांगे ते हकूमत दे नाल भी तुहाडी सुलाह करा देंगे। ते गुरु साहब महाराज इन्हां दी गल सुन के थोड़ा जिहा जोश विच रोच आए। महाराज जी ने इन्हां नूं कहा कि भाई, तुसीं कहिंदे हो भी साडे वड्डे वडेरियां दी सांझ है हकूमत दे नाल, ते तुसीं जदों गुरु अर्जन देव जी नूं तत्ती तवी ते बिठाया गया उदों तुहाडे वड्डे वडेरे कित्थे सी? जदों गुरु तेग बहादुर साहब जी नूं चांदनी चौंक दे विच शहीद कर दिता, उन्हां दे प्यारे सिख एक नूं आरे नाल चीरता, देग चुवालता, रूह च लपेट के अग लाती सी, उदों तुहाडे वडेरे कित्थे सी? जदों 8 महीने आनंदपुर नूं घेरा पिया रहा उदों तुहाडे वडेरे कित्थे गए सी? आ साका सरहंद, साका चमकौर वापरिया उदों तो तुसीं कित्थे गए सी? नाले तुसीं दसो भी तुसीं सानू उपदेश देण आए हो कि लैण आए हो? ते जदों इदा महाराज जी ने इन्हां नूं थोड़ा झिड़किया ते ये अगों आखन लगे, जी वेखो तुहाडी मर्जी है, जे तुसीं ये जंग युद्धां वाला राह ना छड्डिया तां साडे कोलों फिर सिक्खी निभाई नहीं जाणी। तां गुरु साहिब सच्चे पिता महाराज जी ने कहा कि भाई, हुण ये जिहड़ा ना समां लंघ चुका, हुण तां जिहड़ी गलबात जो भी समझौता होना वह जंग दे मैदान च ही होएगा, क्योंकि देखो ये पिछे कोई ये नहीं है भी गुरु साहब जी समझौता जा करना नहीं सी चाहते, क्योंकि कोई विश्वास नहीं सी ना रह गया। पहला भी तो जो आनंदपुर का किला छड़ना सी उन्होंने कसमां खादियां, सौहां खादियां, तो हुण कोई महाराज जी ने वो सही फैसला लिया उत्थे, ते गुरु साहब महाराज जी नूं ये कहिंदे भी फिर साडे कोलों तो नहीं सिक्खी निभाई जानी। महाराज कहिंदे भी भाई, फिर जे तुसीं कहिंदे हो ठीक है, जो तुहानूं पाउंदा है। इन्हां ने लिख दिता कि असीं तुहाडे सिख नहीं, तुसीं साडे गुरु नहीं, बेदावा देता। ते जदों ये गल होई ते महाराज इन्हें नूं घोड़े ते सवार होके, जान भाई घोड़ा है उदों महाराज दे कोल, उस घोड़े ते सवार होके अगां चले ने, खिदराणे दी ढाब दे वल चले गए, उत्थे जा के महाराज ने मोर्चा ला लिया। ये माता भाग कौर ते होर जिहड़े सारे सिंघ आए सन, ये बड़े हैरान ने भी असी तां की सोच के आए सी ते बन की गया। ते फिर कहिंदे भी भाई ठीक है, भावें यह बेदावा अपन कोलों लिखिया गया, पर कहिंदे इहनूं इस कलंक नूं आपां अपने खून दे नाल धोवांगे। उन्होंने प्रण कर लिया, कहिंदे आपां तां जूझांगे, जिहड़ी सरहंद दे वल्लों फौज आएगी उहनूं आपां रोकांगे, जिन्नी देर असी शहीद नहीं हो जाते तो ये जिहड़ी फौज है गुरु साहब तक नहीं असी इहनां नूं जाण देंगे। तो इदां वो सारे सिंघ उत्थे डट गए, ढाब तो काफ़ी अगांह उन्होंने ना उत्थे अपने जिहड़े चादरां सी, बस्तर सी, वह झाड़ियों के उत्ते मलियां के उत्ते सुकने पाते। ये भी एक नीति सी भी दूरों इउं लगता सी भी जिदा बहुत सारी फौज खलोती होवे, तंबू लगे हुए होण। ते जिहड़ी सरहंद तो इन्हें फौज चढ़ के आउंदी है 8000 की गिणती है, वजीर खां आप आ रहा है, कपूरे नूं भी नाल वो लेके आ रहा है, क्योंकि वजीर खां नूं पता लग गया सी भी गुरु साहब इधर अगे खिदराणे की ढाब के वल
जा चुके ने ते कपूरा भी फिर वह भी मुकर नहीं सकया, उन्होंने भी हां कहनी पई डरदे नूं, वह भी नाल गया। ते पहला टाकरा जिहड़ा वजीर खां दी फौज दा वह ये माझे दे सिंघां दे नाल होया। ये बहुत रोह विच लड़े, माता भागो जी जूझे। ते इस तरह फिर जदों ये तकरीबन साढ़े जिहड़े ग्रंथां दे अनुसार सवा कपहर ये जंग जिहड़ी है मुक्तसर दी जंग, सवा कपहर ये जंग चलती रही, करीबन चार को घंटे का समा जिहड़ा ये युद्ध चलता रहा। क्योंकि भर गर्मी सी, विसाख का महीना सी, ते गुरु साहब सच्चे पिता महाराज जी भी तीरां दे राही उन्होंने भी कई इन्हां पठाणा नूं पार बुलाया। महाराज जी ने आप भी जंग लड़ी। ते जदों फिर इन्ने नूं वजीर खां ने वेख्या भी साढ़े सिपाही तां निढाल हो चुके ने, पानी दी प्यास बहुत है, रेतला इलाका सी, कपूरे नूं पुछदे ने भी पानी। कपूरा कहिंदा भी जे ते अगां नूं जाऊंगे तां 30 कोह ते जाके पानी मिलेगा, ते जे आ तुसीं पिछां नूं चलो जिधरों आपां आए हां ते 10 कु कोह ते पानी है। ते इन्हां ने कोटकपूरे आ के पानी पीता, फिर पिछां मुड आए सी। ਇਹ ਵੀ ਕਪੂਰੇ ਦੀ ਇੱਕ ਨੀਤੀ ਸੀ। ਤੇ ਹੁਣ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਨੇ ਜੋ ਜੰਗ ਬੰਦ ਹੋਈ ਤੇ ਮਹਾਰਾਜ ਨੇ ਇਹ ਸਾਰੇ ਦੇਖਿਆ ਵੀ ਸਾਡੇ ਸਿੰਘ ਕਿੱਦਾਂ ਸ਼ਹੀਦੀਆਂ ਪਾ ਗਏ ਨੇ। ਤੇ ਇੱਥੇ ਗੁਰੂ ਸਾਹਿਬ ਮਹਾਰਾਜ ਜੀ ਨੇ ਮਹਾਂ ਸਿੰਘ ਜੋ ਸਹਿਕਦਾ ਪਿਆ ਉਹਦਾ ਸਿਰ ਮਹਾਰਾਜ ਨੇ ਆਪਣੇ ਪੱਟ 'ਤੇ ਰੱਖਿਆ। ਦੇਖੋ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਆਪਣੇ ਸਿੱਖਾਂ ਨੂੰ ਕਿੰਨਾ ਪਿਆਰ ਕਰਦਾ ਹੈ। ਚਮਕੌਰ ਦੀ ਗੜੀ 'ਚ ਨਹੀਂ ਸੀ ਮਹਾਰਾਜ ਰੁਕੇ, ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਤਨ ਦੇ ਉੱਤੇ ਬਸਤਰ ਨਹੀਂ ਸੀ ਪਾਇਆ। ਇੱਥੇ ਮਹਾਰਾਜ ਉਹਨਾਂ ਸਿੰਘਾਂ ਦੇ, ਉਹਨਾਂ ਨੇ ਆਪ ਜਿਹੜੇ ਸ਼ਹੀਦ ਹੋ ਗਏ ਉਹਨਾਂ ਦੇ ਦਸਤਾਰਾਂ ਪਰਨਿਆਂ ਦੇ ਨਾਲ ਉਹਨਾਂ ਦੇ ਤਨ ਢਕੇ। ਅਤੇ ਭਾਈ ਮਹਾਂ ਸਿੰਘ ਦੇ ਮੁਖੜੇ ਨੂੰ ਤਾਂ ਮਹਾਰਾਜ ਆਪ ਸਾਫ਼ ਕਰਦੇ ਨੇ, ਪੂੰਝਦੇ ਨੇ, ਅਤੇ ਮਹਾਂ ਸਿੰਘ ਨੂੰ ਪੁੱਛਦੇ ਨੇ ਵੀ ਮੰਗ ਕੀ ਮੰਗੀਏ, ਕੀ ਦੇਈਏ ਤੈਨੂੰ। ਅਤੇ ਉਹ ਅੱਗੋਂ ਬੇਨਤੀ ਕਰਦਾ, ਰਾਖ ਲਿਹੋ ਹਮ ਤੇ ਬਿਗਰੀ। ਅਤੇ ਮਹਾਰਾਜ ਜੀ ਇੱਕ ਗੱਲ ਇਹ ਵੀ ਚੇਤੇ ਰਹੇ ਕਿ ਮਹਾਂ ਸਿੰਘ ਨੇ ਉਹ ਚਿੱਠੀ 'ਤੇ ਬੇਦਾਵੇ 'ਤੇ ਦਸਖਤ ਨਹੀਂ ਸੀ ਕੀਤੇ, ਇਹਨੇ ਆਪਣੇ ਪਰਉਪਕਾਰ ਦੇ ਵਾਸਤੇ, ਦੂਜੇ ਭਰਾਵਾਂ ਦੇ ਵਾਸਤੇ ਇਹਨੇ ਖਿਮਾ ਮੰਗੀ ਕਿ ਮਹਾਰਾਜ ਟੁੱਟੀ ਗੰਢ ਲਓ। ਅਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਕਹਿੰਦੇ ਭਾਈ ਉਹ ਗੱਲ ਨੂੰ ਛੱਡ, ਤੂੰ ਆਪਣੇ ਲਈ ਮੰਗ ਕੀ ਮੰਗਣਾ। ਕਹਿੰਦਾ ਬਸ ਮੇਰੀ ਇਹੀ ਮੰਗ ਹੈ ਕਿ ਮਹਾਰਾਜ ਉਹ ਬੇਦਾਵਾ ਪਾੜ ਦਿਓ। ਮਹਾਰਾਜ ਸੱਚੇ ਪਿਤਾ ਜੀ ਨੇ ਕਿਹਾ ਟੁੱਟੀ ਸੋ ਨਿਖੁੱਟੀ। ਮਹਾਰਾਜ ਜੀ ਕਹਿੰਦੇ ਭਾਈ ਮਹਾਂ ਸਿੰਘ ਵੇਖੋ ਇਹ ਉਹਨਾਂ ਸਿੱਖਾਂ ਨੇ ਲਿਖਿਆ ਸੀ ਵੀ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਗੁਰੂ ਨਹੀਂ। ਦੇਖੋ ਸਾਡੇ ਵਾਲਾ ਪਾਸਾ ਤਾਂ ਸਾਫ਼ ਹੈ, ਅਸੀਂ ਥੋੜ੍ਹਾ ਲਿਖਿਆ। ਇਸ ਤਰ੍ਹਾਂ ਮਹਾਰਾਜ ਜੀ ਨੇ ਉਹ ਟੁੱਟੀ ਗੰਢ ਲਈ। ਗੁਰੂ ਸਦਾ ਬਖਸ਼ਿੰਦਾ ਹੈ, ਗੁਰੂ ਸਦਾ ਹੀ ਮਿਹਰਬਾਨ ਹੈ, ਦਿਆਲੂ ਹੈ। ਅਤੇ ਗੁਰੂ ਸਾਹਿਬ ਸੱਚੇ ਪਿਤਾ ਮਹਾਰਾਜ ਜੀ ਨੇ ਦੇਖਿਆ ਮਾਤਾ ਭਾਗੋ ਵੀ ਉਦੋਂ ਜ਼ਖਮੀ ਸੀ, ਉਹਨਾਂ ਨੂੰ ਵੀ ਸੰਭਾਲਿਆ। ਜਿਹੜੇ ਸ਼ਹੀਦਾਂ ਦਾ ਫਿਰ ਮਹਾਰਾਜ ਜੀ ਨੇ ਇੱਥੇ ਸੰਸਕਾਰ ਕੀਤਾ। ਅਤੇ ਇਸ ਖਿਦਰਾਣੇ ਦੀ ਢਾਬ ਦਾ ਮਹਾਰਾਜ ਜੀ ਨੇ ਨਾਮ ਆਖਿਆ ਕਿ ਇਸ ਸਥਾਨ ਦਾ ਨਾਮ ਮੁਕਤਸਰ ਪ੍ਰਸਿੱਧ ਹੋਵੇਗਾ, ਕਿਉਂਕਿ ਇੱਥੇ ਗੁਰੂ ਦੀ ਖਾਤਰ ਉਹਨਾਂ ਦੇ ਪਿਆਰੇ ਸਿੱਖ ਜੂਝ ਕੇ ਸ਼ਹਾਦਤਾਂ ਦਾ ਜਾਮ ਪੀ ਗਏ। ਇਹ ਜਿਹੜਾ ਸ਼ਹੀਦੀ ਦਿਨ ਹੈ ਉਹ ਪੰਥ ਨੇ ਜੋ ਬਣੀ ਹੋਈ ਵਿਧੀ ਵਿਧਾਨ ਦੇ ਰਾਹੀਂ, ਜਿਨ੍ਹਾਂ ਹਾਲਾਤਾਂ ਦੇ ਰਾਹੀਂ, ਕਿਉਂਕਿ ਉਸ ਸਮੇਂ ਉੱਥੇ ਇਕੱਠ ਹੋਣਾ, ਜੋੜ ਮੇਲਾ ਕਰਨਾ ਵਿਸਾਖ ਮਹੀਨੇ ਦੇ ਵਿੱਚ ਬਹੁਤ ਮੁਸ਼ਕਲਾਂ ਭਰਿਆ, ਕਿਉਂਕਿ ਇੱਕ ਤਾਂ ਉਦੋਂ ਹਾੜੀ ਦੀ ਫਸਲ ਦਾ ਜ਼ੋਰ ਹੁੰਦਾ ਹੈ, ਬਾਕੀ ਉਹ ਰੇਤਲਾ ਇਲਾਕਾ ਸੀ, ਪਾਣੀ ਦੀ ਕਿੱਲਤ ਹੁੰਦੀ ਸੀ। ਤਾਂ ਕਰਕੇ ਦਾਨੇ ਪੁਰਖਾਂ ਨੇ ਫਿਰ ਇਹ ਮਾਘ ਦੇ ਮਹੀਨੇ ਵਿੱਚ ਵੱਡੇ ਪੱਧਰ 'ਤੇ ਜੋੜ ਮੇਲੇ ਦੇ ਰੂਪ ਦੇ ਵਿੱਚ ਉਹਨਾਂ ਸ਼ਹੀਦਾਂ ਦਾ ਜਿਹੜਾ ਸੰਸਕਾਰ ਹੈ ਉਹਦੇ ਸੰਬੰਧ ਵਿੱਚ ਫਿਰ ਇਹ ਉੱਥੇ ਮਾਘੀ ਨੂੰ ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ। ਸਿੱਖ ਸੰਗਤਾਂ ਜਾ ਕੇ ਸ਼ਹੀਦਾਂ ਨੂੰ ਨਤਮਸਤਕ ਹੁੰਦੀਆਂ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਜੀ ਨੇ ਇੱਥੋਂ ਫਿਰ ਮੁਕਤਸਰ ਤੋਂ ਅੱਗੇ ਜਿਹੜਾ ਆਪਣਾ ਪਿਆਨਾ ਕੀਤਾ ਹੈ ਅਤੇ ਉਹ ਫਿਰ ਤਲਵੰਡੀ ਸਾਬੋ ਵੱਲ ਮਹਾਰਾਜ ਉੱਥੇ ਜਾ ਕੇ ਬਖਸ਼ਿਸ਼ਾਂ ਕਰਦੇ ਨੇ। ਸੋ
ਇਹ ਜਿਹੜਾ ਮਾਘੀ ਦਾ ਇਤਿਹਾਸ ਹੈ ਜੋ ਉਚੇਚੇ ਤੌਰ 'ਤੇ ਆਪ ਮਨਾ ਰਹੇ ਹੋ, ਵਿਚਾਰਾਂ ਦੀ ਸਾਂਝ ਕੀਤੀ। ਬਹੁਤ ਸਾਰੀਆਂ ਬੋਲਦਿਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਖਿਮਾ ਕਰ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।